ਜੇਕਰ ਤੁਹਾਡੇ ਵੀ ਨੇ ਅਜਿਹੇ ਯਾਰ ਦੋਸਤ ਤਾਂ ਅੱਜ ਹੀ ਕਰ ਲਓ ਕਿਨਾਰਾ। ਦੇਖਿਓ ਕਿਤੇ ਅਜਿਹੇ ਧੋਖੇਬਾਜ਼ ਦੋਸਤਾਂ ਕਰਕੇ ਤੁਹਾਨੂੰ ਆਪਣੀ ਜ਼ਿੰਦਗੀ ਤੋਂ ਹੱਥ ਧੋਣਾ ਨਾ ਪੈ ਜਾਵੇ। ਮੋਗਾ ਜ਼ਿਲ੍ਹਾ ਦੇ ਪਿੰਡ ਸਿੰਘਾਵਾਲਾ ਦੇ ਰਹਿਣ ਵਾਲੇ ਇੱਕ 22 ਸਾਲਾ ਨੌਜਵਾਨ ਦਾ ਪਿਛਲੇ ਦਿਨੀ ਕਤਲ ਕੀਤਾ ਗਿਆ ਸੀ। ਕਤਲ ਜਿਸਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਪੁਲਿਸ ਨੇ 3 ਆਰੋਪੀਆਂ ਨੂੰ ਕਾਬੂ ਕੀਤਾ। ਜਾਣਕਾਰੀ ਦਿੰਦੇ ਹੋਏ ਮੋਗਾ ਦੇ SSP ਅੰਕੁਰ ਗੁਪਤਾ ਨੇ ਕਿਹਾ ਕਿ ਪਿਛਲੇ ਦਿਨੀ ਇੱਕ ਨੌਜਵਾਨ ਦਾ ਕਤਲ ਕੀਤਾ ਗਿਆ ਸੀ ਜਿਸਦਾ ਨਾਮ ਗੁਰਮੁਖ ਸਿੰਘ ਹੈ। ਉਹ ਘਰੋਂ ਲਾਪਤਾ ਹੋ ਗਿਆ ਸੀ। ਪੁਲਿਸ ਦੁਆਰਾ ਜਾਂਚ ਕੀਤੀ ਤਾਂ 3 ਆਰੋਪੀਆਂ ਨੂੰ ਕਾਬੂ ਕੀਤਾ, ਜਿਸਦੇ ਵਿੱਚ ਖੁਲਾਸਾ ਹੋਇਆ ਕਿ ਜਿਸਦੀ ਮੌਤ ਹੋਈ ਹੈ ਉਸਦੇ ਵੱਲੋਂ ਉਸਦੇ ਦੋਸਤ ਗੁਰਬਾਵਾ ਸਿੰਘ ਦੀ ਉਸਦੀ ਗਰਲਫ੍ਰੈਂਡ ਦੇ ਨਾਲ ਕੋਈ ਇਤਰਾਜ਼ ਯੋਗ ਵੀਡੀਓ ਸੀ ਅਤੇ ਮ੍ਰਿਤਕ ਉਸਨੂੰ ਬਲੈਕਮੇਲ ਕਰਦਾ ਸੀ, ਜਿਸ ਕਰਕੇ ਗੁਰਮੁਖ ਸਿੰਘ ਦਾ ਕਤਲ ਕਰ ਦਿੱਤਾ ਗਿਆ। ਜਿਵੇਂ ਆਪਾਂ ਨੂੰ ਪਤਾ ਹੀ ਹੈ ਜੀ, ਕੱਲ੍ਹ ਸਾਨੂੰ ਇੱਕ ਪਰਸੋਂ ਰਾਤੀ ਸਾਨੂੰ ਇੱਕ ਲੇਟ ਨਾਈਟ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ 22-23 ਸਾਲ ਦਾ ਲੜਕਾ ਹੈਗਾ, ਉਹਦੀ ਡੈੱਡ ਬੋਡੀ ਜਿਹੜਾ ਸਿੰਘਾਵਾਲਾ ਡਰੇਨ ਹੈ ਉੱਥੇ ਪਈ ਹੈਗੀ ਹੈ। ਮੌਕੇ 'ਤੇ ਇਮੀਡੀਏਟਲੀ ਜਿਹੜੀਆਂ ਪੁਲਿਸ ਦੀਆਂ ਟੀਮਾਂ, ਮੋਗਾ ਪੁਲਿਸ ਦੀਆਂ ਟੀਮਾਂ ਨੇ, ਉਹਨਾਂ ਨੂੰ ਰਸ਼ ਕੀਤਾ ਗਿਆ। DSP ਸਿਟੀ, DSP ਡੀ ਸਾਹਿਬ, ਇੰਚਾਰਜ CIA, SHO ਚੜ੍ਹੇ, ਉਹਨਾਂ ਦੀ ਇਮੀਡੀਏਟਲੀ ਟੀਮਾਂ ਨੂੰ ਪ੍ਰੈਸ ਕਰਕੇ ਸਭ ਤੋਂ ਪਹਿਲਾਂ ਮੌਕੇ 'ਤੇ ਜਾ ਕੇ ਪਛਾਣ ਕੀਤੀ ਗਈ ਬੋਡੀ ਦੀ, ਅਤੇ ਉਹਦੇ ਵਿੱਚ ਪਛਾਣ ਜਿਹੜੀ ਹੈਗੀ ਉਹ ਗੁਰਮੁਖ ਸਿੰਘ ਦੀ ਹੋਈ, ਜਿਹੜਾ ਕਿ ਪਿੰਡ ਸਿੰਘਾਵਾਲਾ ਦੀ ਰਹਿਣ ਵਾਲਾ ਸੀ। ਉੱਥੋਂ ਅੱਧਾ ਕੁ ਕਿਲੋਮੀਟਰ ਦੂਰ ਪਿੰਡ ਹੈ, ਉੱਥੋਂ ਦਾ ਰਹਿਣ ਵਾਲਾ ਸੀ। ਸੋ ਜਦੋਂ ਅਸੀਂ ਇਹ ਬਿਲਕੁਲ ਬਲਾਈਂਡ ਮਰਡਰ ਸੀਗਾ ਜੀ, ਗਲ ਦੇ ਵਿੱਚ ਪਰਨਾ ਪਾਇਆ ਹੋਇਆ ਸੀ ਅਤੇ ਨਾਲੇ ਜਲੀ ਹੋਈ ਅੱਧ ਸਾਡੀ ਲਾਸ਼ ਸੀਗੀ, ਅਤੇ ਉੱਥੋਂ ਮੌਕੇ ਤੋਂ ਸਾਨੂੰ ਕੋਈ ਉਹਦਾ ਫੋਨ ਵਗੈਰਾ ਜਾਂ ਕੁਛ ਵੀ ਬਰਾਮਦ ਨਹੀਂ ਹੋਇਆ। ਸੋ ਬਿਲਕੁਲ ਬਲਾਈਂਡ ਸੀ। ਸੋ ਜਦੋਂ ਅਸੀਂ ਕੱਲ੍ਹ ਇਨਵੈਸਟੀਗੇਸ਼ਨ ਸ਼ੁਰੂ ਕੀਤੀ, ਮੈਂ ਖੁਦ ਵੀ ਮੌਕੇ 'ਤੇ ਗਿਆ, ਸਾਡੀ ਸਾਰੀ ਟੀਮ ਮੌਕਾ ਵਿਜ਼ਿਟ ਕੀਤਾ ਪ੍ਰੋਪਰ, ਅਸੀਂ ਆਪਣੇ ਟੈਕਨੀਕਲੀ ਅਤੇ ਨਾਲ ਹਿਊਮਨ ਸੋਰਸਿਸ ਲਗਾ ਕੇ ਇਹ ਮੁਕੱਦਮਾ ਅਸੀਂ ਟਰੇਸ ਕਰ ਲਿਆ। ਸੋ ਸਾਨੂੰ ਜਿਹੜੇ 3 ਦੋਸ਼ੀ ਇਹਦੇ ਵਿੱਚ ਫਿਗਰ ਆਊਟ ਹੋਏ ਨੇ, ਜਿਹਦੇ ਨਾਮ ਗੁਰਬਾਵਾ, ਗੁਰਲਾਲ ਅਤੇ ਓਂਕਾਰ ਹੈਗੇ ਨੇ। ਸੋ ਬੇਸਿਕਲੀ ਜਿਹੜਾ ਗੁਰਬਾਵਾ ਹੈਗਾ ਉਹ ਇਹਦਾ ਫਰੈਂਡ ਸੀਗਾ, ਮਿੱਤਰ ਸੀ ਜਿਹਦੀ ਡੈਥ ਹੋਈ ਉਹਦਾ। ਸੋ ਉਹਦੇ ਕੋਲ ਇਹਨਾਂ ਦੀ ਕੋਈ ਵੀਡੀਓ ਸੀਗੀ, ਗੁਰਬਾਵਾ ਅਤੇ ਉਹਦੀ ਕੋਈ ਉਹਦੀ ਗਰਲਫ੍ਰੈਂਡ ਸੀਗੀ, ਉਹਦੀ ਵੀਡੀਓ ਸੀ ਕੋਈ ਉਹਦੇ ਫੋਨ ਦੇ ਵਿੱਚ। ਸੋ ਉਹਦੇ ਰਿਗਾਰਡਿੰਗ ਇਹਨਾਂ ਦਾ ਡਿਸਪਿਊਟ ਹੋਇਆ, ਅਤੇ ਇਹਨਾਂ ਨੇ ਪਹਿਲਾਂ ਗੁਰਬਾਵੇ ਨੇ ਆਪਣੇ ਦੋ ਹੋਰ ਦੋਸਤ ਗੁਰਲਾਲ ਅਤੇ ਓਂਕਾਰ, ਗੁਰਲਾਲ ਬੇਸਿਕਲੀ ਇਹਦਾ ਦੋਸਤ ਸੀ, ਓਂਕਾਰ ਅੱਗੇ ਗੁਰਲਾਲ ਦਾ ਦੋਸਤ ਸੀ। ਸੋ ਇਹਨੇ ਉਹਨਾਂ ਨਾਲ ਗੱਲ ਸ਼ੇਅਰ ਕੀਤੀ ਕਿ ਮੈਂ ਇਹ ਪ੍ਰੋਬਲਮ ਦੇ ਵਿੱਚ ਹੈਗਾ, ਫਿਰ ਇਹਨਾਂ ਨੇ ਪਲਾਨ ਬਣਾਇਆ ਕਿ ਆਪਾਂ ਉਹਨੂੰ ਇਸ ਤਰ੍ਹਾਂ ਉਹਦਾ ਮਰਡਰ ਕਰੀਏ। ਸੋ ਅਲਟੀਮੇਟਲੀ 15 ਤਰੀਕ ਨੂੰ ਜਦੋਂ ਸ਼ਾਮ ਨੂੰ ਗਿਆ, ਅਤੇ ਉੱਥੇ ਇਹਨੇ ਪਹਿਲਾਂ ਇਹਨਾਂ ਨੇ ਦਾਰੂ ਅਤੇ ਜਿਹੜਾ ਲਿਕਰ ਕੰਜ਼ਿਊਮ ਕੀਤੀ ਮੌਕੇ 'ਤੇ ਜਾ ਕੇ, 3-4 ਬੰਦਿਆਂ ਨੇ, 3-3 ਦੋਸ਼ੀਆਂ ਨੇ ਅਤੇ 4th ਜਿਹੜਾ ਜਿਹਦੀ ਡੈਥ ਹੋਈ। ਉਸ ਤੋਂ ਬਾਅਦ ਫਿਰ ਇਹਨਾਂ ਨੇ ਜਦੋਂ ਉਹ ਅੰਡਰ ਇਨਫਲੂਐਂਸ ਆਫ ਅਲਕੋਹਲ ਸੀਗਾ, ਉਹਨੂੰ ਕੁਛ ਪਤਾ ਨਹੀਂ ਚੱਲ ਰਿਹਾ ਸੀਗਾ, ਤਾਂ ਫਿਰ ਉਸੇ ਇਨਫਲੂਐਂਸ ਦੇ ਵਿੱਚ ਇਹਨਾਂ ਨੇ ਉਹਦਾ ਮਰਡਰ ਕੀਤਾ। ਜੀ ਇਸ ਤਰ੍ਹਾਂ, ਹਾਂ ਬਿਲਕੁਲ, ਬੇਸਿਕਲੀ ਐਵੀਡੈਂਸ ਡਿਸਟਰੋਏ ਕਰਨ ਲਈ ਕਿ ਉਹਦੀ ਆਈਡੈਂਟੀਟੀ ਖਤਮ ਹੋ ਜਾਏ, ਉਹਦੇ ਲਈ ਜਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਜਿਹੜਾ ਆਪਣਾ ਇਹ ਗੁਰਬਾਵਾ ਹੈਗਾ, ਇਹਦੇ ਵੱਲੋਂ ਜਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਅਤੇ ਜਿਹੜੇ ਗੁਰਲਾਲ ਅਤੇ ਓਂਕਾਰ ਹੈ, ਫਿਰ ਜਦੋਂ ਅਸੀਂ ਇਹਨੂੰ ਕੱਲ੍ਹ ਇਹਨਾਂ ਦੇ ਪਿੰਡੋਂ ਸੈਦੋਂ ਤਰਨ ਦੇ ਵਿੱਚ ਪੈਂਦਾ, ਉੱਥੋਂ ਹੀ ਸਾਨੂੰ ਜਿਹੜਾ ਮ੍ਰਿਤਕ ਦਾ ਮੋਟਰਸਾਈਕਲ ਵੀ ਅਤੇ ਫੋਨ ਵੀ ਉੱਥੋਂ ਹੀ ਰਿਕਵਰ। ਦੇਖਿਆ ਜਾਵੇ ਤਾਂ ਅੱਜ ਕੱਲ੍ਹ ਤਾਂ ਨਾਲ ਰਹਿੰਦੇ ਵਾਲੇ ਵੀ ਵਿਸ਼ਵਾਸਘਾਤ ਕਰ ਦਿੰਦੇ ਨੇ, ਸੋ ਅਜਿਹੇ ਲੋਕਾਂ ਤੋਂ ਸੁਚੇਤ ਰਹਿਣਾ ਚਾਹੀਦਾ। ਹਕੀਕਤ TV ਪੰਜਾਬੀ ਲਈ ਮੋਗਾ ਤੋਂ ਮੁਨੀਸ਼ ਜਿੰਦਲ ਦੀ ਰਿਪੋਰਟ।